ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਅਖਬਾਰੀ ਸੱਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ 12 ਅਕਤੂਬਰ 2019 ਸਾਡੀ ਅਖਬਾਰੀ ਸੱਤ ਬਠਿੰਡੇ ਦਾ ਦਾਦੀ ਪੋਤੀ ਪਾਰਕ। ਭਰਾ ਮੇਰੇ ਉਹੀ ਮੇਰੇ ਨਾਲ ਬੈਠੇ ਨੇ, ਇੱਕ ਹੋਰ ਸੱਜਣ ਸਾਡੇ ਨਾਲ ਨਵੇਂ ਜੁੜੇ ਨੇ। ਸ਼ੁਰੂਆਤ ਆਪਾਂ ਹਮੇਸ਼ਾ ਕਰਦੇ ਹੁੰਦੇ ਹਾਂ ਤਾਰੁਫ ਤੋਂ, ਉਸ ਤੋਂ ਤਾਰੁਫ ਤੋਂ ਬਾਅਦ ਆਪਾਂ ਜਿਹੜੀਆਂ ਇਹ ਅਖਬਾਰਾਂ ਦੀਆਂ ਖਬਰਾਂ ਨੇ ਇਹਨਾਂ ਦੇ ਉੱਤੇ ਇੱਕ ਚਰਚਾ ਹੋ ਜਾਂਦੀ ਹੈ, ਆਪਣੇ ਆਪਣੇ ਵਿਚਾਰ ਹੋ ਜਾਂਦੇ ਆ। ਤਾਂ ਸਭ ਤੋਂ ਪਹਿਲਾਂ ਤਾਰੁਫ। ਮੇਰਾ ਨਾਂ ਗੁਰਪ੍ਰੀਤ ਸਿੰਘ ਸੰਧੂ ਹੈ ਜੀ, ਅਤੇ ਰੋਜ਼ ਇੱਥੇ ਪਾਰਕ 'ਚ ਆਉਂਦੇ ਹਾਂ। ਪਾਰਕ ਨਾਲ ਲਗਾਇਆ ਆਪਦੀ ਸਿਹਤ ਪ੍ਰਤੀ ਵੀ ਮਤਲਬ ਜਾਗਰਤਾ ਹੈਗੀ ਹੈ, ਇਸ ਕਰਕੇ ਤੁਹਾਡੀ ਸੱਥ ਨਾਲ ਵੀ ਜੁੜਨ ਦਾ ਮੌਕਾ ਮਿਲਿਆ। ਇੱਥੋਂ ਆਪਦੀਆਂ ਜਿਹੜੀਆਂ ਮਨ ਦੀਆਂ ਗੱਲਾਂ ਉਹ ਆਪਾਂ ਸਾਂਝੀਆਂ ਕਰ ਸਕਦੇ ਇੱਕ ਦੂਜੇ ਨਾਲ। ਹਾਂਜੀ, ਤਿਆਰ ਸਿੰਘ ਬੁੱਟਰ, ਸਿਕੰਦਰ ਸਿੰਘ, ਸੁਖਵਿੰਦਰ ਸਿੰਘ ਜੀ, ਇਹ ਚੰਗਾ ਰਹਿੰਦਾ, ਹਮੀਰ ਸਿੰਘ ਜੀ, ਅਮਰਜੋਤ ਸਿੰਘ, ਰਾਸ਼ਵੀਰ ਸੰਧੂ ਜੀ, ਅਤੇ ਮੈਂ ਤੁਹਾਡਾ ਦੋਸਤ ਸ਼ਮਿੰਦਰ ਸਿੰਘ ਵਿੱਕੀ। ਖਬਰਾਂ ਜਿਹੜੀਆਂ ਹੁੰਦੀਆਂ ਅਖਬਾਰਾਂ 'ਚ ਜਿਹੜੀਆਂ ਹੁੰਦੀਆਂ, ਅਜੀਤ ਅਖਬਾਰ ਤੁਸੀਂ ਪੜ੍ਹ ਰਹੇ ਹੋ ਸਰਦਾਰ ਹਮੀਰ ਸਿੰਘ ਜੀ, ਕਿਹੜੀ ਖਬਰ? ਕਿ ਵੈਸੇ ਮੇਰੀ ਜਿਹੜੀ ਨਿਗਾਹ ਪੈ ਰਹੀ ਹੈ, ਮਹਾਬਲੀਪੁਰਮ 'ਚ ਮਿਲੇ ਮੋਦੀ ਅਤੇ ਸ਼੍ਰੀ ਜਿਨਪਿੰਗ ਚਾਈਨਾ ਦੇ, ਹੈ ਨਾ, ਕੀ ਰਾਸ਼ਟਰਪਤੀ ਨੇ ਜਿਹੜੇ ਕੀ ਪੜ੍ਹ ਰਹੇ ਨੇ ਪ੍ਰਧਾਨ ਆਪਣੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਜੀ ਅਤੇ ਰਾਸ਼ਟਰਪਤੀ ਚਾਈਨਾ ਦੇ ਜਿਨਪਿੰਗ ਦੀ ਮਤਲਬ ਮੁਲਾਕਾਤ ਹੋਈ ਹੈ। ਬਹੁਤ ਵਧੀਆ ਗੱਲ ਹੈ ਕਿ ਪਹਿਲਾਂ ਵੀ ਸਾਡੇ ਜਿਹੜੇ ਚੀਨ ਨਾਲ ਬਹੁਤ ਵਧੀਆ ਰਿਲੇਸ਼ਨ ਸੀ, ਉਦੋਂ ਬਾਅਦ ਜਾ ਕੇ ਸਾਡੇ ਰਿਲੇਸ਼ਨ ਕੁਛ ਖਰਾਬ ਹੋ ਗਏ ਸੀ। ਹੁਣ ਜਿਹੜੀ ਚੀਜ਼ ਹੈਗੀ ਹੈ ਕਿ ਇੰਡੀਆ ਨੂੰ ਸਪਲਾਈ ਮਾਰਕੀਟ ਦੇ ਹੋਣ ਦੇ ਕਰਕੇ ਆਪਣਾ ਹੱਥ ਉੱਤੋਂ ਦੀ ਰੱਖ ਸਕਦਾ। ਚਾਈਨਾ ਦੇ ਵਿੱਚ ਲਾਰਜ ਸਕੇਲ 'ਤੇ ਪ੍ਰੋਡਕਸ਼ਨ ਹੁੰਦੀ ਹੈ, ਬਿਲਕੁਲ। ਹੁਣ ਆਪਾਂ ਪੁਰਾਣੀਆਂ ਗੱਲਾਂ ਨਹੀਂ ਲਿਆ ਸਕਦੇ ਕਿ ਉਹ ਪਾਕਿਸਤਾਨ ਨਾਲ ਉਹਨਾਂ ਦੇ ਜ਼ਿਆਦਾ ਨੇੜੇ ਦੇ ਸੰਬੰਧ ਨੇ। ਚਾਈਨਾ ਨੂੰ ਸਾਨੂੰ ਓਨੀ ਹੀ ਲੋੜ ਹੈ ਜਿੰਨੀ ਕਿ ਚਾਈਨਾ ਨੂੰ ਸਾਨੂੰ ਲੋੜ ਹੈ। ਦੋਨਾਂ ਆਪਸ ਵਿੱਚ ਅਸੀਂ ਇੱਕ ਦੂਜੇ ਦੇ ਉਹ ਹਾਂ, ਬਿਲਕੁਲ। ਅਤੇ ਸਾਨੂੰ ਜਿਵੇਂ ਅਮੈਰੀਕਾ ਦੇ ਨਾਲ, ਚਾਈਨਾ ਦੇ ਨਾਲ, ਜੋ ਕਿ ਪੁਰਾਣੇ ਸਮੇਂ ਵਿੱਚ ਇੰਡੀਆ ਨੂੰ ਰਸ਼ੀਆ ਦੇ ਨੇੜੇ ਸਮਝਿਆ ਜਾਂਦਾ ਸੀ, ਚਾਈਨਾ ਨੂੰ ਪਾਕਿਸਤਾਨ ਦੇ ਨੇੜੇ ਸਮਝਿਆ ਜਾਂਦਾ ਸੀ। ਹੁਣ ਸਪਲਾਈ ਮਾਰਕੀਟ ਮਤਲਬ ਇੰਡੀਆ ਬਹੁਤ ਵੱਡੀ ਵਸੋਂ ਹੈ, ਇੱਥੋਂ ਦੀ ਖਪਤ ਮਾਰਕੀਟ ਜ਼ਿਆਦਾ ਹੈ, ਇਸ ਕਰਕੇ ਸਾਨੂੰ ਇਸ ਆਪਣੀ ਫੋਰਨ ਪਾਲਿਸੀ ਦੇ ਵਿੱਚ ਸਾਨੂੰ ਇਹਨਾਂ ਅਮੈਰੀਕਾ 'ਤੇ ਅਤੇ ਚਾਈਨਾ 'ਤੇ ਆਪਣੀ ਮਾਰਕੀਟ ਦੇ ਹਿਸਾਬ 'ਤੇ ਦਵਾ ਦੇ ਕੇ ਉਹਨਾਂ ਨਾਲ ਸਾਰੀ ਆਪਣੀ ਜੋ ਵਿਦੇਸ਼ੀ ਨੀਤੀ ਹੈ ਉਹਦੇ ਸੰਬੰਧ 'ਚ ਜੋ ਇਹਨਾਂ ਦੇ ਪਹਿਲਕਰਮੀ ਹੈ ਜਾਂ ਆਪਣੇ ਭਾਰਤ ਨੂੰ ਉਹਨਾਂ 'ਤੇ ਹਾਵੀ ਹੋਣਾ ਚਾਹੀਦਾ। ਬਿਲਕੁਲ, ਦੇਖੋ ਗੱਲ ਇਹ ਹੈ ਵੀ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ, ਸਾਡੇ ਸਾਰੇ ਘਰਾਂ ਦੇ ਵਿੱਚ ਜੇ ਅਸੀਂ ਨਿਗਾਹ ਮਾਰੀਏ ਤਾਂ ਮੈਨੂੰ ਲੱਗਦਾ ਵੀ 80-90% ਅਸੀਂ ਚਾਈਨੀਜ਼ ਸਮਾਨ ਹੈ ਉਹ ਸਾਰਾ ਅਸੀਂ ਵਰਤਦੇ ਹਾਂ। ਅਤੇ ਚਾਈਨਾ ਨੂੰ ਵੀ ਪਤਾ ਵੀ ਮੇਰੀ ਜਿਹੜੀ ਖਪਤ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ, ਅਤੇ ਚਾਈਨਾ ਵੀ ਕਿਤੇ ਹੁਣ ਇਸ ਨਰਮ ਰਵੱਈਏ 'ਚ ਹੋਏਗਾ ਕਿ ਯਾਰ ਇੱਥੇ ਮੇਰੀ ਜਿਹੜੀ ਹੈ ਕੰਜ਼ਪਸ਼ਨ, ਇੱਥੇ ਲਾਗਤ ਹੈ ਜਿਹੜੀ ਉਹ ਬਹੁਤ ਜ਼ਿਆਦਾ, ਅਤੇ ਮੈਨੂੰ ਥੋੜ੍ਹਾ ਜਿਹਾ ਇੱਧਰ ਉੱਧਰੋਂ ਝੁਕਾ ਘਟਾ ਕੇ ਇੱਧਰ ਵਧਾਉਣਾ ਪਏਗਾ। ਬੁੱਟਰ ਸਾਹਿਬ ਕੀ ਕਹਿਣਾ? ਮੈਂ ਸੁਖਵਿੰਦਰ ਜੀ, ਜਿਵੇਂ ਹਰਮੀਤ ਜੀ ਨੇ ਦੱਸਿਆ ਕਿ ਜਿਹੜੇ ਚਾਈਨਾ ਨਾਲ ਜਿਹੜੇ ਪੂਰੇ ਵਰਲਡ ਦੇ ਵਿੱਚ ਇਹ ਸੀਗਾ ਕਿ ਸਾਡੀ ਚਾਈਨਾ ਨਾਲ ਜਿਹੜੀ ਹੈਗੀ ਆ ਠੀਕ ਨਹੀਂ ਹੈ, ਕਿਉਂਕਿ ਵੀ ਚਾਈਨਾ ਪਾਕਿਸਤਾਨ ਨੂੰ ਜਿਹੜਾ ਮਦਦ ਕਰਦਾ ਹਰ ਵੇਲੇ। ਇਹ ਮੇਰੇ ਹਿਸਾਬ ਨਾਲ ਬਹੁਤ ਵਧੀਆ ਚੰਗਾ ਬਹੁਤ ਵਧੀਆ ਹੋਇਆ ਇਹ ਕਿ ਘੱਟੋ ਘੱਟ ਜਿਹੜਾ ਸਾਡਾ ਦੁਸ਼ਮਣ ਦੇਸ਼ ਹੈ ਪਾਕਿਸਤਾਨ, ਉਹਨੂੰ ਵੀ ਇਹ ਸਮਝ ਆ ਗਈ ਹੈ ਕਿ ਮੈਂ ਕਿੱਥੇ ਖੜ੍ਹਾਂ। ਪੂਰੇ ਵਰਲਡ ਦੇ ਵਿੱਚ ਪਾਕਿਸਤਾਨ ਅਲੱਗ ਥਲੱਗ ਰਹਿ ਗਿਆ, ਇਕੱਲਾ ਰਹਿ ਗਿਆ ਉਹ। ਇਹ ਮੈਂ ਕਹਿੰਦਾ ਵੀ ਸਾਡਾ ਜਿਹੜਾ ਡੈਮੋਕ੍ਰੇਟਿਕ ਸਿਸਟਮ ਹੈ ਇੰਡੀਆ ਦਾ, ਇਹ ਬਹੁਤ ਵਧੀਆ ਅਤੇ ਲੋਕਤੰਤਰ ਜਿਹੜਾ ਮੇਰੇ ਖਿਲਾਫ ਵਰਲਡ ਦੇ ਵਿੱਚ ਸਭ ਤੋਂ ਬੈਸਟ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚ ਹੈ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪਿੱਛੇ ਤੋਂ ਲੈ ਕੇ ਲਾਲ ਬਹਾਦਰ ਸ਼ਾਸਤਰੀ ਜੀ ਤੋਂ ਲੈ ਕੇ, ਨਹਿਰੂ ਜੀ ਤੋਂ ਲੈ ਕੇ, ਇੰਦਰਾ ਗਾਂਧੀ, ਰਾਜੀਵ ਗਾਂਧੀ, ਚੰਦਰ ਸ਼ੇਖਰ ਜੀ, ਮਤਲਬ ਜਿੰਨੇ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਆਪਣਾ ਟਾਈਮ ਦੇ ਵਿੱਚ ਅਤੇ ਉਹਨਾਂ ਨੂੰ ਰਿਸਪੈਕਟ ਦੇ ਨਾਲ ਰਹੇ ਉਹ। ਕਿਸੇ 'ਤੇ ਵੀ ਅੱਜ ਤੱਕ ਪ੍ਰਧਾਨ ਮੰਤਰੀ 'ਤੇ ਕਿਤੇ ਵੀ ਕਰਪਸ਼ਨ ਦਾ ਪਰਚਾ ਦਰਜ ਨਹੀਂ ਹੋਇਆ। ਸਾਡਾ ਜਿਹੜਾ ਦੁਸ਼ਮਣ ਦੇਸ਼ ਹੈ ਉਹਦਾ ਪਿੱਛੇ ਤੋਂ ਲੈ ਕੇ 1947 ਤੋਂ ਲੈ ਕੇ ਇੱਕ ਵੀ ਪ੍ਰਧਾਨ ਮੰਤਰੀ ਐਸਾ ਨਹੀਂ ਜਿਹਦੇ 'ਤੇ ਕਰਪਸ਼ਨ ਦਾ ਪਰਚਾ ਨਾ ਹੋਇਆ ਹੋਵੇ ਜਾਂ ਜੇਲ੍ਹ ਨਾ ਕੱਟੀ ਹੋਵੇ।
ਜਾਂ ਜੇ ਨਹੀਂ ਉਹਨੂੰ ਫਾਂਸੀ ਦਿੱਤੀ। ਕੋਈ ਵੀ ਮੇਰਾ ਖਿਲਾਫ਼ ਇਹੋ ਜਿਹਾ ਪ੍ਰਧਾਨ ਮੰਤਰੀ ਨਹੀਂ, ਅਤੇ ਮੈਂ ਇੱਥੇ ਮੋਦੀ ਜੀ ਨੂੰ ਇਹ ਅਸੀਂ ਵਧਾਈ ਦਿੰਦੇ ਹਾਂ ਕਿ ਇਹ ਉਹ ਇਹ ਸਿਸਟਮ ਬਹੁਤ ਵਧੀਆ ਕਿ ਜਿਹੜਾ ਚਾਈਨਾ ਦੇ ਨਾਲ ਅਤੇ ਬਾਕੀ ਮੁਲਕਾਂ ਦੇ ਵਿੱਚ ਵੀ ਸਾਡਾ ਬਹੁਤ ਵਧੀਆ ਮਤਲਬ ਕਿ ਬੋਲਬਾਲ ਹੈਗਾ। ਇਸ ਵੇਲੇ ਅਸੀਂ ਦੇਖੀਏ ਤਾਂ ਆਲ ਵਰਲਡ ਦੇ ਵਿੱਚ ਠੀਕ ਹੈ, ਅਸੀਂ ਕਹਿ ਦਿੰਦੇ ਹਾਂ ਵੀ ਟਰੰਪ ਸਾਹਿਬ ਹੈ ਜਿਹੜਾ ਉਹ ਨੰਬਰ ਵਨ ਹੈ, ਪਰ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਹਿੰਦੁਸਤਾਨ ਨੰਬਰ ਵਨ ਦੇ ਬਿਲਕੁਲ ਪੈਰਲਰ ਚੱਲ ਰਿਹਾ। ਕੀ ਕਹਿਣਾ ਤੁਹਾਡਾ ਹਮੀਰ ਜੀ ਇਹਦੇ ਬਾਰੇ? ਦੇਖੋ ਜਿੱਥੋਂ ਤੱਕ ਅਮੈਰੀਕਾ ਦਾ ਸਵਾਲ ਹੈ, ਮੋਦੀ ਉੱਥੇ ਗਏ ਸੀਗੇ 218 ਤੋਂ ਵੀ ਆਪਣੇ, ਮੇਰਾ ਖਿਆਲ 28 ਚੀਜ਼ਾਂ ਨੇ ਜਿਨ੍ਹਾਂ 'ਤੇ ਅਸੀਂ ਇੰਪੋਰਟ 'ਤੇ ਵੱਧ ਡਿਊਟੀ ਲਾਉਣੀ ਹੈ। ਸਾਨੂੰ ਫੇਵਰੇਟ ਨੇਸ਼ਨ ਦਾ ਉੱਥੇ ਦਰਜਾ ਹਾਸਲ ਕਰਨ ਨਹੀਂ ਮਿਲਿਆ, ਉਹ ਕੱਟਿਆ ਗਿਆ ਮੋਦੀ ਕੋਲੋਂ। ਅਸੀਂ ਹਜੇ ਤੱਕ ਮਤਲਬ ਟਰੰਪ ਕੋਲੋਂ, ਟਰੰਪ ਨੂੰ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਵੀ NRI ਨੇ ਉਹ ਗਲਤ ਢੰਗ ਨਾਲ ਦੇਖਦੇ ਨੇ, ਕਿਉਂਕਿ ਟਰੰਪ ਨੇ ਜਿਹੜੀਆਂ ਆਪਦੀਆਂ ਦੇਸ਼ ਦੀਆਂ ਨੀਤੀਆਂ ਨੇ ਉਹ ਸਖਤ ਕੀਤੀਆਂ ਨੇ, ਜੋ ਇੰਡੀਅਨ NRI ਆ ਉਹ ਵੀ ਉਹਨਾਂ ਦੇ ਜ਼ਿਆਦਾ ਫੇਵਰੇਬਲ ਨਹੀਂ ਹੈ। ਦੂਜੀ ਗੱਲ, ਉੱਥੇ ਗਏ ਸੀ, ਗੱਲਾਂ ਬਾਤਾਂ ਹੋਈਆਂ ਨੇ, ਪਰ ਮੇਰੇ ਖਿਆਲ ਦੇ ਵਿੱਚ ਜੋ ਚੀਜ਼ ਹੋਣੀ ਚਾਹੀਦੀ ਸੀਗੀ ਉਹ ਚੀਜ਼ ਹਜੇ ਨਹੀਂ ਹੋਈ, ਕਿਉਂਕਿ ਆਪਾਂ ਨੂੰ ਕੋਈ ਫੇਵਰੇਟ ਨੇਸ਼ਨ ਦਾ ਉਹਨਾਂ ਦਰਜਾ ਨਹੀਂ ਦਿੱਤਾ। ਅਸੀਂ ਉਹਨਾਂ ਵਿੱਚ 18 ਤੋਂ ਕਈ ਚੀਜ਼ਾਂ 'ਤੇ ਟੈਕਸ ਲਾਉਣ ਵਾਸਤੇ ਕਿ ਸਾਡਾ ਇੰਪੋਰਟ ਅਸੀਂ ਉੱਥੋਂ ਨਹੀਂ ਕਰਨੀ ਵੱਧ, ਅਤੇ ਉਹਨੂੰ ਵੀ ਡੈਫਰ ਕਰਦੇ ਆ ਰਹੇ ਹਾਂ। 18 ਦੀਆਂ ਸਾਡੀਆਂ ਨੀਤੀਆਂ ਨੇ ਉਹ, ਹੁਣ ਵੀ ਆਪਾਂ ਡੈਫਰ ਕਰ ਰਹੇ ਹਾਂ ਅਤੇ ਕਰ ਵੀ ਰਹੇ, ਲਾਵਾਂਗੇ ਲਾਵਾਂਗੇ। ਉੱਧਰੋਂ ਅਮੈਰੀਕਾ ਵੀ ਸਾਡੀਆਂ ਚੀਜ਼ਾਂ 'ਤੇ ਜਾਂ ਸਾਨੂੰ ਉਹ ਜਿਹੜੇ ਰਾਈਟਸ ਨੇ, ਪੇਰੈਂਟਸ ਰਾਈਟਸ, ਪੇਟੈਂਟ ਰਾਈਟਸ ਨੇ, ਉਹਨਾਂ ਵਾਸਤੇ ਕੋਈ ਉਹਨਾਂ ਦੀ ਪੋਲਿਸੀ ਫੇਵਰੇਬਲ ਨਹੀਂ ਇੰਡੀਆ ਦੇ ਜੀ। ਸਾਨੂੰ ਮਤਲਬ ਉਹ ਚੀਜ਼ਾਂ 'ਤੇ ਦਬਾਅ ਦੇਣਾ ਚਾਹੀਦਾ ਕਿ ਸਾਡਾ, ਅਸੀਂ ਉਹਨਾਂ ਦੇ ਮਾਲ ਦੇ ਕਾਫੀ ਕੰਜਮਪਸ਼ਨ ਕਰਦੇ ਹਾਂ, ਬਿਲਕੁਲ ਇਹ ਦਬਾਅ ਦੇ ਕੇ ਸਾਨੂੰ ਉਹਨਾਂ ਕੋਲੋਂ ਮਤਲਬ ਫੇਵਰੇਟ ਨੇਸ਼ਨ ਦਾ ਦਰਜਾ ਲੈਣਾ ਚਾਹੀਦਾ, ਅਤੇ ਜਿਹੜਾ ਸਾਡਾ ਐਕਸਪੋਰਟ ਹੈ ਜਾਂ ਸਾਡਾ ਉਹਦੇ ਕੋਲ ਇੰਪੋਰਟ ਹੈ ਉਹਨਾਂ ਨੂੰ ਸੁਖਾਵਾਂ ਬਣਾਉਣਾ ਚਾਹੀਦਾ ਤਾਂ ਕਿ ਅਸੀਂ ਫਾਇਦਾ ਉਠਾ ਸਕੀਏ। ਬਿਲਕੁਲ, ਕਿਹੜੀ ਖਬਰ ਪੜ੍ਹ ਰਹੇ ਸਿੰਘ ਸਾਹਿਬ ਤੁਸੀਂ ਵੀ? ਮੈਂ ਖਬਰ ਤਾਂ ਨਹੀਂ, ਮੈਂ ਤੁਹਾਡੀਆਂ ਖਬਰਾਂ ਸੁਣ ਰਿਹਾ ਸੀਗਾ। ਮਤਲਬ ਆਪਣੀ ਜਿਹੜੀ ਇੰਡੀਆ ਦੀ ਅਤੇ ਚਾਈਨਾ ਦੀ ਜਿਹੜੀ ਭੂਗੋਲਿਕ ਸਥਿਤੀ ਹੈ, ਜਨਸੰਖਿਆ ਦੇ ਹਿਸਾਬ ਨਾਲ ਕਾਫੀ ਆਪਣੀਆਂ ਸਾਂਝ ਆਈਆਂ, ਪਰ ਆਪਣਾ ਇੰਡੀਆ ਦਾ ਅਤੇ ਜਿਹੜਾ ਚਾਈਨਾ ਦਾ ਜੇ ਆਪਾਂ ਆਜ਼ਾਦੀ ਤੋਂ ਬਾਅਦ ਦੇਖੀਏ ਕਾਫੀ ਫਰਕ ਪੈ ਗਿਆ। ਉਹਨਾਂ ਦੀ ਆਰਥਿਕਤਾ ਮਜ਼ਬੂਤ ਹੋਈ ਹੈ, ਆਪਣੀ ਆਰਥਿਕਤਾ ਉੱਨੀ ਮਜ਼ਬੂਤ ਨਹੀਂ ਜਿਵੇਂ ਆਪਾਂ ਕਹਿ ਰਹੇ ਹਾਂ ਪਹਿਲੇ ਨੰਬਰ 'ਤੇ ਹੈ ਜੀ ਜਾਂ ਪਹਿਲੇ ਨੰਬਰ 'ਤੇ ਆਉਣ ਵਾਲਾ। ਇਹ ਸਾਰੀਆਂ ਗੱਲਾਂ ਮੈਨੂੰ ਸੱਚ ਨਹੀਂ ਲੱਗਦੀਆਂ ਜੀ, ਪਰ ਮੋਦੀ ਸਾਹਿਬ ਉੱਥੇ ਗਏ ਆ, ਵਧੀਆ। ਆਪਾਂ ਪਾਕਿਸਤਾਨ ਨੂੰ ਵੀ ਦੁਸ਼ਮਣ ਨਹੀਂ ਕਹਿੰਦੇ, ਕਈ ਗੱਲਾਂ ਆਪਣੇ 'ਚ ਵੀ ਗਲਤ ਹੋਣਗੀਆਂ, ਕਈ ਚੀਨ 'ਚ ਵੀ ਗਲਤ ਹੋਣਗੀਆਂ, ਕਈ ਪਾਕਿਸਤਾਨ 'ਚ ਵੀ ਗਲਤ ਹੋਣਗੀਆਂ, ਸਾਰੇ ਠੀਕ ਨਹੀਂ ਹੁੰਦੇ। ਪਰ ਮੈਂ ਇੱਕੋ ਇੱਕ ਕਹਿਣਾ ਚਾਹੁੰਦਾ ਹਾਂ ਵੀ ਘੱਟੋ ਘੱਟ ਜਨਸੰਖਿਆ ਉਹਨਾਂ ਦੀ ਬਹੁਤ ਹੈ, ਜਨਸੰਖਿਆ ਆਪਣੀ ਬਹੁਤ ਹੈ। ਇੱਥੇ ਗੱਲ ਜਿਹੜੀ ਉੱਭਰੀ ਹੈ ਉਹ ਐਂ ਕਹਿੰਦੇ ਹਾਂ ਵੀ ਆਪਾਂ ਚੀਜ਼ ਉਹਨਾਂ ਦੀ ਕੰਜ਼ੂਮ ਕਰਦੇ ਹਾਂ ਜੀ, ਉਹ ਆਪਣੀ ਚੀਜ਼ ਕਿਉਂ ਨਹੀਂ ਕੰਜ਼ੂਮ ਕਰਦੇ ਬਈ, ਜਦੋਂ ਉਹਨਾਂ ਦੀ ਵੀ ਜਨਸੰਖਿਆ, ਉਹ ਆਪਣੇ 'ਤੇ ਡਿਪੈਂਡ ਕਿਉਂ ਨਹੀਂ ਹੁੰਦੇ? ਅਸੀਂ ਕਿਉਂ ਹੈ ਜਦੋਂ ਜਨਸੰਖਿਆ ਉਵੇਂ ਹੈ, ਆਪਣੇ ਇੰਜੀਨੀਅਰ ਹੈ, ਡਾਕਟਰ ਹੈ, ਸਾਰੇ ਬਾਹਰ ਜਾਈ ਜਾਂਦੇ ਹੈ, ਜਦਕਿ ਇੱਥੇ ਸਾਰਾ ਕੁਛ ਬਹੁਤ ਵਧੀਆ ਹੈ। ਮੌਸਮ ਇੱਥੇ ਜੇ ਦੇਖੀਏ ਮੈਨੂੰ ਲੱਗਦਾ ਵੀ ਵਰਲਡ 'ਚ ਸਭ ਤੋਂ ਵਧੀਆ ਇੰਡੀਆ ਦਾ ਮੌਸਮ ਹੈ। ਹੁਣ ਮੈਂ ਕੈਨੇਡਾ ਵਰਗੇ ਮੁਲਕਾਂ ਦੀ ਗੱਲ ਕਰ ਲਾਂ, ਉੱਥੇ ਮੰਨ ਲਓ ਵੀ ਬਸੋਂ ਆਪਣੇ ਭਾਰਤ ਨਾਲੋਂ ਪੰਜਾਬ ਨਾਲੋਂ ਡੇਢੀ ਹੈ, ਅਤੇ ਖੇਤਰਫਲ ਉੱਥੋਂ ਦਾ 3 ਗੁਣਾ ਹੈ। ਉਹ ਲੋਕ ਕੁਦਰਤ ਦੇ ਉਲਟ ਜਾ ਕੇ ਜਿੱਥੇ ਇੰਨੀਆਂ ਬਰਫ਼ ਹੈ, ਇੰਨੀ ਉਹ ਹੈ, ਉੱਥੇ ਜਾ ਕੇ ਵੀ ਲੋਕਾਂ ਨੂੰ ਸੁੱਖ ਸਹੂਲਤਾਂ ਬਹੁਤ ਦਿੰਦੇ ਆ। ਆਪਣੇ ਤਾਂ ਹਾਲੇ ਤਾਂ ਕੋਈ ਵੀ ਨਹੀਂ ਉਹ ਇਹੋ ਜਿਹਾ ਸਿਸਟਮ ਬਣਿਆ। ਚਾਈਨਾ ਨੇ ਜਿਹੜਾ ਸਿਸਟਮ ਹੈ ਉਹ ਮਤਲਬ ਆਬਾਦੀ ਨੂੰ ਕੰਟਰੋਲ ਕਰਨ ਦਾ ਬਹੁਤ ਕੀਤਾ ਹੈ, ਅਤੇ ਇੱਥੇ ਇਹ ਸ਼ੁਰੂ ਵੀ ਨਹੀਂ ਕੀਤਾ ਗਿਆ। ਘੱਟੋ ਘੱਟ ਸ਼ੁਰੂ ਤਾਂ ਕਰ ਦਿੱਤਾ ਜਾਵੇ, ਇੱਕ ਘੱਟੋ ਘੱਟ ਉੱਥੋਂ ਮੋਦੀ ਸਾਹਿਬ ਜ਼ਰੂਰ ਦੇਖ ਕੇ ਆਉਣ ਵੀ ਉਹ ਲੋਕਾਂ ਨੂੰ ਆਪਦਿਆਂ ਨੂੰ ਕਿਵੇਂ ਰੁਜ਼ਗਾਰ ਦਿੰਦੇ ਆ। ਉੱਥੇ ਜਾ ਕੇ ਮਤਲਬ ਵੀ ਆਪਣੇ ਨਾਲੋਂ ਕਾਫੀ ਜ਼ਿਆਦਾ ਫਰਕ ਹੈ ਵੀ ਹਾਂ ਵੀ ਘੱਟੋ ਘੱਟ ਇੱਥੋਂ ਦੇ ਵਸ਼ਿੰਦੇ ਆ ਜਿਹੜੇ ਉਹ ਇੱਥੇ ਹੀ ਰਹਿਣ, ਬਾਹਰ ਜਾਣ ਵਾਸਤੇ ਸੋਚਣ। ਜ਼ਰੂਰੀ ਨਹੀਂ ਵੀ ਆਪਣੀ ਗੱਲ ਹੀ ਕਰਕੇ ਆਣੀ, ਦੂਜੇ ਦੀ ਵੀ ਸਿੱਖ, ਹਾਂ ਦੂਜੇ ਸਿੱਖ ਕੇ ਆਓ, ਸਿੱਖ ਕੇ ਆਪਦੇ ਦੇਸ਼ 'ਚ ਲਾਗੂ ਕਰੋ। ਬਿਲਕੁਲ ਕਿਹੜੀ ਖਬਰ ਪੜ੍ਹ ਰਹੇ? ਇਹ ਆਪਣੀ ਜਿਹੜੀ ਵਿੱਕੀ ਜਿਹੜੀ ਆਪਣੀ ਗੱਲ ਨਾ ਵੀ ਆਪਣੀ ਚੀਨ ਆਪਣੇ ਨਾਲ ਅਤੇ ਇਹਨਾਂ ਮੇਲ ਹੋਏ ਤਾਂ ਚੰਗੀ ਗੱਲ ਹੈ। ਚੀਨ ਤਾਂ ਆਪਣੇ ਨੂੰ ਅੱਗੇ ਇਸ ਕਰਕੇ ਹੋ ਰਿਹਾ, ਆਪਣੇ ਤਾਂ ਤਿਉਹਾਰ ਆਉਂਦੇ ਨੇਗੇ, ਉਹ ਆਪਣੇ ਤੋਂ ਮਤਲਬ ਸੇਲ ਕਰ ਜਾਂਦਾ, ਜਿਵੇਂ ਲਾਈਟਾਂ ਵਗੈਰਾ ਜਾਂ ਕੁਛ ਹੋਰ ਆਪਣਾ ਕੋਈ ਵੀ ਵਰਤ ਆਉਂਦੇ ਨੇ, ਕੋਈ ਵੀ ਆਪਣੇ ਤਿਉਹਾਰ ਆ ਜਾਂਦੇ ਨੇ, ਉਹ ਕਮਾਈ ਕਰ ਜਾਂਦਾ ਜੀ। ਕਿਉਂਕਿ ਆਪਣੇ ਇੰਡੀਆ ਦੇ ਵਿੱਚ ਵੀ ਉਹੀ ਜਿਹੀਆਂ ਵਸਤਾਂ ਤਿਆਰ ਹੋਣੀਆਂ ਚਾਹੀਦੀਆਂ ਨੇ ਉਸੇ ਰੇਟ 'ਤੇ,
ਅਤੇ ਚੀਨ ਨੂੰ ਚੰਗੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਆਪਣੇ ਦੇਸ਼ ਦੇ ਵਿੱਚ ਹੀ ਉਹ ਵਰਤੀਆਂ ਜਾਣ ਇਸ ਕਰਕੇ ਆਪਾਂ ਚੀਨ ਦਾ ਮਾਲ ਵੱਧ ਵਰਤ ਜਾਂਦੇ ਹਾਂ ਜੀ ਉਹ ਆਪਾਂ ਤੋਂ ਕਮਾਈ ਵੱਧ ਲੈਂਦੇ ਨੇ ਜਿੱਥੇ ਆਪਾਂ ਚਾਈਨਾ ਡੋਰ ਹੈ ਆਪਣੀ ਡੋਰ ਤਾਂ ਪਹਿਲਾਂ ਕੱਟੀ ਜਾਂਦੀ ਹੈ ਚਾਈਨਾ ਵਾਲੀ ਕਿਉਂ ਨਹੀਂ ਕੱਟੀ ਜਾਂਦੀ ਇਸ ਕਰਕੇ ਉਹਨੂੰ ਚੋਰੀ ਵੀ ਲੋਕ ਆਪਣੇ ਵਰਤਣਾ ਚਾਹੁੰਦੇ ਨੇ ਕਿਉਂਕਿ ਉਹ ਸਟਰੋਂਗ ਹੈ ਆਪਣੇ ਡੋਰ ਨੂੰ ਜੇਕਰ ਆਪਣੇ 'ਚ ਹੀ ਇਹ ਡੋਰ 'ਚ ਇੰਨੀ ਸਖਤੀ ਹੋਊ ਕਿਉਂ ਉਹ ਲੈਣਗੇ ਜੇ ਰੇਟ 'ਤੇ ਮਿਲੂਗੀ ਬਿਲਕੁਲ ਦੇਖੋ ਗੱਲ ਇਹ ਲੱਗਦਾ ਵੀ ਆ ਕਿ ਡੋਰ ਕੀ ਲਾਈਟਾਂ ਪਰ ਗੱਲ ਜਿਹੜੀ ਹੈ ਨਾ ਸੋਚਣ ਵਾਲੀ ਗੱਲ ਵੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਵੀ ਅਸੀਂ ਦੇਖੋ ਇੱਥੋਂ ਤੱਕ ਵੀ ਆ ਗਏ ਹਾਂ ਵੀ ਅਸੀਂ ਟੁੱਥ ਬਰੁਸ਼ ਹੈ ਅਸੀਂ ਜੇ ਲੈਟਰਿਨ ਦੇ ਵਿੱਚ ਇਹ ਮੰਨ ਕੇ ਚੱਲੋ ਉਹ ਕੀ ਕਹਿੰਦੇ ਲਿਕੁਇਡ ਹੈ ਉਹ ਯੂਜ਼ ਕਰਦੇ ਹਾਂ ਤਾਂ ਉਹ ਵੀ ਇਹਨਾਂ ਲੋਕਾਂ ਦਾ ਚਾਈਨੀਜ਼ ਹੀ ਕਰਦੇ ਹਾਂ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਇਹ ਜਦੋਂ ਸਾਨੂੰ ਵੇਚ ਕੇ ਸਾਡਾ ਪੈਸਾ ਲੈ ਜਾ ਰਹੇ ਨੇ ਇੱਥੋਂ ਅਤੇ ਕਿਉਂ ਨਹੀਂ ਅਸੀਂ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਗੱਲ ਕੀਤੀ ਵੀ ਮੋਦੀ ਸਾਹਿਬ ਉੱਥੋਂ ਇਹ ਚੀਜ਼ ਕੇ ਸਿੱਖ ਕੇ ਆਉਣ ਜਾਂ ਉੱਥੋਂ ਸਿੱਖਣ ਵੀ ਅਸੀਂ ਲੋਕਾਂ ਨੂੰ ਰੋਜ਼ਗਾਰ ਕਿਸ ਤਰੀਕੇ ਨਾਲ ਦੇਣਾ ਸਾਡੀ ਜਿਹੜੀ ਚੀਜ਼ ਆ ਉਹਦੀ ਕੋਸਟ ਕਿਸ ਤਰੀਕੇ ਨਾਲ ਘੱਟ ਹੋਵੇ ਵੀ ਅਸੀਂ ਜਿਹੜੀਆਂ ਆਪਣੀਆਂ ਚੀਜ਼ਾਂ ਆਪ ਤਾਂ ਵਰਤੀਏ ਅਤੇ ਬਾਹਰਲੇ ਦੇਸ਼ਾਂ 'ਚ ਵੀ ਐਕਸਪੋਰਟ ਕਰੀਏ ਰਹੀ ਗੱਲ ਬੁੱਟਰ ਸਾਹਿਬ ਨੇ ਇੱਕ ਗੱਲ ਕੀਤੀ ਸੀ ਵੀ ਸਾਡਾ ਦੁਸ਼ਮਣ ਦੇਸ਼ ਪਾਕਿਸਤਾਨ ਮੈਨੂੰ ਇਹ ਲੱਗਦਾ ਵੀ ਸੀ ਤਾਂ ਸਾਡਾ ਹੀ ਹਿੱਸਾ ਛੋਟਾ ਭਰਾ ਸੀ ਇਹ ਹਿੰਦੁਸਤਾਨ ਦਾ ਅਤੇ ਛੋਟੇ ਭਰਾ ਹੁੰਦੇ ਲਾਡਲੇ ਨੇ ਇਹਨੂੰ ਲਾਡਲਾ ਰਹਿਣਾ ਚਾਹੀਦਾ ਸੀ ਇਹ ਆਪਣੀਆਂ ਇਹਨਾਂ ਮਨਾਉਣ ਦੇ ਵਿੱਚ ਵਿੱਚ ਲੜਾਕਾ ਬਣ ਗਿਆ ਅਤੇ ਜਦੋਂ ਲੜਾਕਾ ਬਣ ਗਿਆ ਤਾਂ ਫਿਰ ਇਹਨੂੰ ਅਸੀਂ ਵੀ ਮੇਰੀ ਗੱਲ ਮੰਨੀ ਜਾਵੇ ਤਾਂ ਉਹਨੇ ਲੜਾਈ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਤਾਂ ਮੈਂ ਪਾਕਿਸਤਾਨ ਨੂੰ ਫਿਰ ਇੱਕ ਵਾਰੀ ਕਹੂੰਗਾ ਕਿ ਯਾਰ ਤੂੰ ਛੋਟਾ ਹੈ ਮੇਰੇ ਵੀਰ ਛੋਟਾ ਬਣ ਕੇ ਰਹਿ ਪਿਓ ਬਣਨ ਦੀ ਕੋਸ਼ਿਸ਼ ਨਾ ਕਰ ਚੰਗੀ ਗੱਲ ਹੈ ਤੂੰ ਸਾਡਾ ਹਿੱਸਾ ਹੈ ਅਸੀਂ ਤੇਰੇ ਹਿੱਸੇ ਹਾਂ ਪਰ ਕੀ ਕਹਿਣਾ ਤੁਹਾਡਾ ਸਿਕੰਦਰ ਜੀ ਸ਼ਵਿੰਦਰ ਜੀ ਗੱਲ ਇਹ ਹੈ ਜਿਹੜਾ ਤੁਸੀਂ ਚਾਈਨਾ ਦੀ ਗੱਲ ਕਰ ਰਹੇ ਹੋ ਵੀ ਚਾਈਨਾ ਨਾਲ ਸਾਡੀ ਸੰਧੀ ਹੋ ਗਈ ਪਰ ਠੀਕ ਹੈ ਜੋ ਹੋ ਗਈ ਬਹੁਤ ਵਧੀਆ ਹੋ ਗਿਆ ਮੋਦੀ ਸਾਹਿਬ ਜੀ ਨੂੰ ਵਧਾਈਆਂ ਦੇ ਰਹੇ ਹਾਂ ਵੀ ਪ੍ਰਧਾਨ ਮੰਤਰੀ ਨੇ ਵਾਰਡ ਦੇ ਵਿੱਚ ਵੀ ਆਪਦਾ ਲੋਕ ਉੱਪਰਲੇ ਬੰਦਿਆਂ ਨਾਲ ਚੰਗੇ ਸੰਬੰਧ ਬਣਾਏ ਹੋਏ ਨੇ ਚੰਗੀ ਗੱਲ ਹੈ ਪਰ ਗੱਲ ਇਹ ਹੈ ਸ਼ਵਿੰਦਰ ਜੀ ਕਿਸੇ ਦਿਨ ਸਾਡੀ HMT ਘੜੀ ਹੁੰਦੀ ਸੀ ਉਹਨੂੰ ਲੋਕ ਬੰਨਦੇ ਸੀ ਅਤੇ ਕਹਿੰਦੇ ਸੀ ਮੇਰੇ HMT ਘੜੀ ਬੰਨੀ ਹੋਈ ਹੈ ਅਤੇ ਜਦੋਂ ਉਹ ਖਰਾਬ ਹੋ ਜਾਂਦੀ ਤਾਂ ਅਸੀਂ ਦੁਕਾਨਦਾਰ ਕੋਲ ਜਾਂਦੇ ਅਤੇ ਦੁਕਾਨਦਾਰ ਨੂੰ ਠੀਕ ਕਰ ਦਿੰਦਾ ਸੀਗਾ ਹੁਣ ਅਸੀਂ ਮਹਿੰਗੀ ਚੀਜ਼ ਲਿਆਉਂਦੇ ਹਾਂ ਉਹ ਜਿਵੇਂ ਇੱਥੇ ਮੇਰੇ ਬ੍ਰਦਰ ਨੇ ਉਪਲੀ ਸਾਹਿਬ ਨੇ ਕਿਹਾ ਵੀ ਇਹ ਤਾਂ ਚਾਈਨਾ ਮਾਲ ਦਾ ਮਾਲ ਹੈ ਉਹ ਕਹਿੰਦੇ ਲੈ ਜਾ ਜਦੋਂ ਦੁਆਰੇ ਜਾਂਦੇ ਹਾਂ ਠੀਕ ਨੂੰ ਕਹਿੰਦਾ ਨਾ 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 ਇਹਨੂੰ ਤੁਹਾਡੇ ਰੂ ਉੱਥੇ ਕੂੜਖਾਨੇ ਸਿੱਟ ਕੇ ਆਓ ਅਤੇ ਨਵਾਂ ਲੈ ਕੇ ਜਾਓ ਉਹ ਜਿਹੜੀ ਹੈ ਨਾ ਸਾਡੇ ਜੀ ਜਿਹੜੇ ਕਾਰੀਗਰ ਸੀ ਉਹ ਵਿਹਲੇ ਹੋ ਗਏ ਹਿੰਦੁਸਤਾਨ ਦੇ ਉਹ ਵਿਹਲੇ ਬੈਠੇ ਨੇ ਕਹਿੰਦੇ ਵੀ ਰੁਜ਼ਗਾਰ ਤਾਂ ਉਹਨਾਂ ਨੇ ਸਾਡਾ ਚਾਈਨਾ ਨਹੀਂ ਖਤਮ ਕਰਤਾ ਮਾਲ ਹੀ ਇਹੋ ਜਿਹਾ ਭੇਜ ਰਹੇ ਆ ਉਹ ਇੱਕ ਵਾਰੀ ਵਿਕ ਜਾਂਦਾ ਦੂਜੀ ਵਾਰ ਉਹਨੂੰ ਸਿੱਟ ਕੇ ਅਸੀਂ ਨਵਾਂ ਉਹੀ ਲੈ ਆਉਂਦੇ ਹਾਂ ਵੇਖੋ ਜੀ ਇਹ ਸਾਨੂੰ ਉਹਨਾਂ ਦਾ ਮਾਲ ਚਾਈਨਾ ਦਾ ਨਹੀਂ ਲੈਣਾ ਚਾਹੀਦਾ ਸਾਨੂੰ ਤਾਂ ਆਪਦੇ ਇੰਡੀਆ 'ਚ ਵਿੱਚ ਹੀ ਆਪਦੇ ਇੰਜੀਨੀਅਰਾਂ ਰਾਹੀਂ ਮਾਲ ਤਿਆਰ ਕਰਨਾ ਚਾਹੀਦਾ ਹੈ ਅਤੇ ਦੁਬਾਰੇ ਉਹੀ ਮਾਲ ਜਿਹੜਾ ਖਰਾਬ ਹੋ ਜਾਵੇ ਉਹਨੂੰ ਠੀਕ ਹੋਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਕਾਰੀਗਰ ਆ ਉਹ ਕੰਮ ਕਰ ਸਕਣ ਸਾਡਾ ਰੁਜ਼ਗਾਰ ਖਤਮ ਨਾ ਹੋਵੇ ਅਸੀਂ ਤਾਂ ਪਹਿਲਾਂ ਹੀ ਬੇਰੁਜ਼ਗਾਰ ਹੋ ਚੁੱਕੇ ਹਾਂ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਤਾਂ ਪੈਸੇ ਨੂੰ ਤਰਸਦੀ ਫਿਰਦੀ ਹੈ ਅਤੇ ਬਾਹਰ ਭੱਜਦੀ ਫਿਰਦੀ ਹੈ ਕੀ ਕੁੜੀਆਂ ਕੀ ਮੁੰਡੇ ਤੁਸੀਂ ਵੇਖ ਲਓ ਕਿਸੇ ਦਾ ਜਵਾਕ ਲਾ ਲਓ ਕਿਸੇ ਦਾ ਮਾਂ ਪਿਓ ਲਾ ਲਓ ਕਹਿੰਦਾ ਮੇਰਾ ਬੱਚਾ ਯਾਰ ਕੈਨੇਡਾ ਵਗ ਜੇ ਮੇਰੀ ਕੁੜੀ ਕੈਨੇਡਾ ਵਗ ਜੇ ਉਹਨੂੰ ਇਹ ਨਹੀਂ ਪਤਾ ਮੇਰੀ ਕੁੜੀ ਮੇਰਾ ਬੇਟਾ ਉੱਥੇ ਕਿੰਨਾ ਕੁ ਸੁਰੱਖਿਅਤ ਹੈ ਕੋਈ ਸੁਰੱਖਿਅਤ ਨਹੀਂ ਉੱਥੇ ਬਗਾਨੇ ਦੇਸ਼ ਦੇ ਵਿੱਚ ਜਾਊਂਗੇ ਤਾਂ ਤੁਹਾਨੂੰ ਉੱਥੇ ਉਹਨਾਂ ਨੇ ਉਹ ਸੁਰੱਖਿਅਤ ਵਾਲੀ ਗੱਲ ਮੈਂ ਤਾਂ ਨਹੀਂ ਮੰਨਦਾ ਵੀ ਉੱਥੇ ਕੋਈ ਉਹ ਸਾਡੇ ਬੇਟਾ ਸਾਡੀ ਬੇਟੀ ਉੱਥੇ ਸੁਰੱਖਿਅਤ ਹੋਣਗੇ ਸਾਡੇ ਮਨ ਨੂੰ ਜ਼ਰੂਰ ਸੰਤੁਸ਼ਟੀ ਹੈ ਇਹ ਜਿਹੜਾ ਚਾਈਨਾ ਦੇ ਸ਼ੀ ਜਿਨਪਿੰਗ ਜੀ ਆਪਣੇ ਇੰਡੀਆ 'ਚ ਆਏ ਹੈ ਇਹਦਾ ਸਵਾਗਤ ਕਰਦੇ ਹੈ ਇਹਦੇ ਨਾਲ ਹੋ ਸਕਦਾ ਕੋਈ ਵਪਾਰ ਦੇ ਵੀ ਨਵੇਂ ਰਾਹ ਖੁੱਲ੍ਹਣਗੇ ਪਰ ਇੱਕ ਖਦਸ਼ਾ ਜਿਹੜਾ ਹਮੇਸ਼ਾ ਤੋਂ ਪ੍ਰਗਟਾਇਆ ਜਾ ਰਿਹਾ ਹੈ ਜਾਂ ਸਮੇਂ ਤੋਂ ਆਪਾਂ ਜੋ ਚਾਈਨਾ ਨਾਲ ਆਪਣਾ ਸੰਬੰਧ ਰਿਹਾ ਉਹ ਇਹ ਰਿਹਾ ਵੀ ਚਾਈਨਾ ਇੱਕ ਪਾਸੇ ਤਾਂ ਆਪਣੇ ਨਾਲ ਹੱਥ ਮਿਲਾਉਂਦਾ ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ ਦੇ ਕਾਫੀ ਹਿੱਸੇ 'ਤੇ ਜੋ ਇੰਡੀਆ ਦਾ ਹਿੱਸਾ ਉਹਦੇ 'ਤੇ ਕਬਜ਼ਾ ਕਰੀ ਬੈਠਾ ਉਹਦੇ ਬਾਰੇ ਉਹਨੂੰ ਆਪਦਾ ਹਿੱਸਾ ਹੀ ਮੰਨਦਾ ਅਰੁਣਾਚਲ ਪ੍ਰਦੇਸ਼ ਨੂੰ ਠੀਕ ਹੈ ਅਤੇ ਕਾਫੀ ਮਤਲਬ ਆਪਣਾ ਜਿਹੜਾ ਦੁਸ਼ਮਣ ਦੇਸ਼ ਹੈ ਪਾਕਿਸਤਾਨ ਉਹਦੇ ਨਾਲ ਹੱਥ ਮਿਲਾ ਕੇ ਉਹਦੀ ਮਦਦ ਵੀ ਕਰਦਾ ਮਤਲਬ ਇਹ ਜਿਹੜੀ ਦੋਗਲੀ ਨੀਤੀ ਹੈ ਉਹਨੂੰ ਆਪਦੀ ਸਪਸ਼ਟ ਕਰਨੀ ਚਾਹੀਦੀ ਹੈ ਵੀ ਇੱਕ ਪਾਸੇ ਤਾਂ ਆਪਾਂ ਚਾਹੁੰਦੇ ਹਾਂ ਵੀ ਇੰਡੀਆ ਵਪਾਰ ਖੁੱਲ੍ਹੇ ਇੰਡੀਆ ਨਾਲ ਇੰਡੀਆ ਸਾਡੀਆਂ ਚੀਜ਼ਾਂ ਵੀ ਵਰਤੇ ਪਰ ਦੂਜੇ ਪਾਸੇ ਇੰਡੀਆ 'ਤੇ ਜਿਹੜੀ ਆਪਾਂ ਪਿੱਠ 'ਚ ਛੁਰਾ ਮਾਰਦੇ ਹਾਂ ਉਹ ਤੋਂ ਵੀ ਮਤਲਬ ਉਹਨੂੰ ਗੁਰੇਜ਼ ਕਰਨਾ ਚਾਹੀਦਾ ਇੱਕ ਨੀਤੀ ਰੱਖਣੀ ਚਾਹੀਦੀ ਹੈ ਦੋਗਲੀ ਨੀਤੀ ਨਹੀਂ ਰੱਖਣੀ ਚਾਹੀਦੀ ਬਿਲਕੁਲ ਇੱਕ ਨੀਤੀ ਰੱਖੋਗੇ ਤਾਂ ਸਾਫ਼ ਹੋਵੋਗੇ
ਅਤੇ ਜਦੋਂ ਬੰਦੇ ਦੀ ਇੱਕ ਨੀਤੀ ਹੁੰਦੀ ਹੈ ਤਾਂ ਫਿਰ ਅੱਖਾਂ ਨੀਵੀਆਂ ਨਹੀਂ ਹੁੰਦੀਆਂ, ਉਹਦਾ ਕੀ ਫਾਇਦਾ? ਤੁਸੀਂ ਉਧਰੋਂ ਜੱਫੀ ਪਾਈ ਚਲੋ ਅਤੇ ਹੱਥ ਦੇ ਵਿੱਚ ਤੁਹਾਡੇ ਖੰਜਰ ਫੜਿਆ, ਇਹ ਮਾੜੀ ਗੱਲ ਹੈ। ਪਰ ਫਿਰ ਗੱਲ ਉੱਥੇ ਆਉਂਦੀ ਹੈ ਕਿ ਸੱਥ ਹੈ, ਸੱਥ ਦੇ ਵਿੱਚ ਹਰ ਬੰਦੇ ਦੇ ਆਪਣੇ ਆਪਣੇ ਵਿਚਾਰ ਹੈ, ਆਪਣੀ ਆਪਣੀ ਸੋਚ ਹੈ। ਹਰ ਬੰਦੇ ਨੇ ਇਸ ਸੱਥ ਦੇ ਵਿੱਚ ਆਪਣੇ ਆਪਣੇ ਵਿਚਾਰ ਰੱਖਣੇ ਹੁੰਦੇ ਨੇ, ਆਪਣੀ ਆਪਣੀ ਸੋਚ ਦੇ ਹਿਸਾਬ ਨਾਲ ਗੱਲ ਕਰਨੀ ਹੈ। ਤਾਂ ਅਸੀਂ ਮੈਂ ਹਮੇਸ਼ਾ ਕਹਿੰਦਾ ਹੁੰਦਾ, ਜ਼ਰੂਰੀ ਨਹੀਂ ਸੀ ਅਸੀਂ ਬਹੁਤ ਜ਼ਿਆਦਾ ਸਿਆਣੇ ਹਾਂ ਸਾਰੇ ਜਣੇ, ਪਰ ਸਾਡੀ ਸੋਚ ਹੈ ਜਿਹੜੀ, ਅਸੀਂ ਉਹਦੇ ਮੁਤਾਬਕ ਗੱਲ ਕਰਦੇ ਹਾਂ। ਗੱਲ ਕੀਤੀ ਮੋਦੀ ਸਾਹਿਬ ਦੀ ਵੀ, ਗੱਲ ਕੀਤੀ ਉਹਨਾਂ ਦੀ, ਆਪਣਾ ਚਾਈਨਾ ਦੇ ਜਿਹੜੇ ਰਾਸ਼ਟਰਪਤੀ ਆਏ ਉਹਨਾਂ ਦੀ ਗੱਲ ਕੀਤੀ। ਇੱਕ ਹੋਰ ਖਬਰ ਹੈ ਜਿਹੜੀ, ਉਹਦੇ 'ਤੇ ਬੁੱਟਰ ਸਾਹਿਬ ਕੀ ਤੁਸੀਂ ਕਹਿਣਾ ਚਾਹੋ? ਇਹ ਪੰਜਾਬੀ ਟ੍ਰਿਬਿਊਨ ਦੀ ਖਬਰ ਹੈ ਜੀ ਕਿ ਸਰਕਾਰੀ ਖਜ਼ਾਨੇ 'ਤੇ ਪੈ ਰਹੀ ਹੈ ਸੁਰੱਖਿਆ ਛਤਰੀ, ਕਿ ਪੰਜਾਬ ਪੁਲਿਸ ਦੇ 8,000 ਤੋਂ ਵੱਧ ਮੁਲਾਜ਼ਮ ਸਿਆਸਤਦਾਨਾਂ ਡੇਰਾਬਾਦ ਅਤੇ ਅਫਸਰਾਂ ਦੀ ਸੁਰੱਖਿਆ ਦੇ ਨਾਲ ਤੈਨਾਤ ਹੈ। ਦੇਖੋ 240 ਕਾਰਾਂ ਜਿਹੜੀਆਂ ਨੇ ਸੁਰੱਖਿਆ ਵਾਸਤੇ ਮਿਲੀਆਂ ਹੋਈਆਂ ਨੇ, ਇਹ ਜਿਹੜੇ ਕੋਈ ਆ ਬਾਬੇ ਲਾ ਲਓ, ਡੇਰੇ ਵਾਲੇ ਲਾ ਲਓ, ਜਾਂ ਕੋਈ ਕਹਿੰਦੇ ਆ ਵੀ ਲੀਡਰ ਹੈਗਾ, ਵੀ ਜਿਹੜੇ ਲੀਡਰ ਨੂੰ ਇੰਨੀ ਵੱਡੀ ਸਿਕਿਉਰਿਟੀ ਦੀ ਲੋੜ ਹੈ, ਜਿਹੜਾ ਲੋਕਾਂ 'ਚ ਨਹੀਂ ਵਿਚਰ ਸਕਦਾ, ਅਤੇ ਉਹਨੂੰ ਦੇਣ ਦੀ ਕੀ ਲੋੜ ਹੈਗੀ ਹੈ? ਅਤੇ ਇਹ ਬਲਕਿ ਹਰ ਸਾਲ ਦਾ ਤੁਹਾਡੇ 'ਤੇ ਕਰੋੜਾਂ ਰੁਪਏ ਦਾ ਜਿਹੜਾ ਬੋਝ ਪੈ ਰਿਹਾ ਹੈਗਾ। ਪਿਛਲੇ ਵਾਰੀ ਜਿਹੜਾ DGP ਸਾਹਿਬ ਨੇ 600 ਦੇ ਕਰੀਬ ਜਿਹੜੇ ਵਾਪਸ ਬੁਲਾ ਲਏ ਸੀਗੇ, ਹਜੇ ਵੀ 8,000 ਜਿਹੜਾ ਪੁਲਿਸ ਮੁਲਾਜ਼ਮ ਹੈ ਇਹਨਾਂ ਲੋਕਾਂ ਦੇ ਨਾਲ ਹੈ। ਮੈਂ ਕਹਿੰਦਾ ਵੀ ਪੁੱਛਾਂ ਦੇਣ ਵਾਲਾ ਬਾਬਾ ਵੀ ਗੰਨਮੈਨ ਲਈ ਬੈਠਾ ਹੈ, ਸ਼ਿਵ ਸੈਨਾ ਵਾਲੇ ਵੀ ਗੰਨਮੈਨ ਲਈ ਬੈਠੇ ਆ। ਹੋਰ ਦੇਖੋ, ਸਭ ਤੋਂ ਵੱਡੀ ਗੱਲ ਹੈ, ਅਸੀਂ ਇਸ ਗੱਲ ਦੇ ਵਧਾਈ ਦੇ ਹੱਕਦਾਰ ਹੈ ਕਿ ਸਾਡਾ ਜਿਹੜਾ ਬਠਿੰਡੇ ਦਾ MLA ਆ, ਮੰਤਰੀ ਹੈ, ਵਿੱਤ ਮੰਤਰੀ, ਉਹਦੇ ਕੋਲ ਕੋਈ ਗੰਨਮੈਨ ਨਹੀਂ ਹੈ, ਉਹ ਗੰਨਮੈਨ ਲੈ ਨਹੀਂ ਰਿਹਾ, ਇਕੱਲਾ ਚੱਲ ਰਿਹਾ। ਵੀ ਸਾਰਿਆਂ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ, ਜੇ ਲੀਡਰ ਹੈਗਾ, ਜੇ ਪਬਲਿਕ ਤੋਂ ਹੀ ਡਰਦਾ ਉਹ, ਅਤੇ ਗੰਨਮੈਨ ਲਈ ਮੈਂ ਕਹਿੰਦਾ, ਜਿਹੜੇ ਸਾਬਕਾ MLA ਹੈ, ਸਾਬਕਾ ਮੰਤਰੀ ਹੈ, ਕਈ ਇੱਕ ਮੰਤਰੀ ਹੈ ਸਾਬਕਾ, ਉਹਦੇ ਮਗਰ 5-5 ਕਾਰਾਂ ਹੁੰਦੀਆਂ ਨੇ, ਇੰਨੀ ਸਿਕਿਉਰਿਟੀ ਹੈ, ਵੀ ਕਾਹਦੇ ਵਾਸਤੇ? ਮੇਰਾ ਖਿਆਲ ਹੈ ਵੀ ਇਹ ਰੁਝਾਨ ਹਟਾਉਣਾ ਚਾਹੀਦਾ ਹੈ, ਅਤੇ ਮੇਰੇ ਹਿਸਾਬ ਨਾਲ ਇਹ ਲੈ ਲੈਣੀ ਚਾਹੀਦੀ ਹੈ ਵਾਪਸ ਸਾਰੀ। ਹਾਂ ਬਿਲਕੁਲ, ਜੇ ਤੁਹਾਨੂੰ ਡਰ ਲੱਗਦਾ, ਐਸੀ ਗੱਲ ਨਹੀਂ, ਤੁਹਾਨੂੰ ਬਹੁਤ ਜ਼ਿਆਦਾ ਆਪਣਾ ਫਿਕਰ ਹੈ, ਤਾਂ ਪ੍ਰਾਈਵੇਟ ਬੰਦਿਆਂ ਨੇ ਬਾਊਂਸਰ ਰੱਖੇ ਹੋਏ ਨੇ, ਆਪ ਨਿੱਜੀ ਕਰ ਲਓ। ਜੇ ਤੁਹਾਨੂੰ ਇਹ ਲੱਗਦਾ ਵੀ ਯਾਰ ਮੇਰੀ ਜਾਨ ਨੂੰ ਖਤਰਾ, ਤਾਂ ਤੁਸੀਂ ਬਾਊਂਸਰ ਰੱਖੋ, ਨਿੱਜੀ ਆਪਣੇ ਜਿੰਨੇ ਵੀ ਬੰਦੇ ਨੇ ਰੱਖ ਸਕਦੇ ਹੋ, ਇਹ ਨਾਲੇ ਰੁਜ਼ਗਾਰ ਮਿਲੂਗਾ, ਬਿਲਕੁਲ, ਹਾਂ ਨਾਲੇ ਵਿਹਲੇ ਬੰਦਿਆਂ ਨੂੰ ਰੁਜ਼ਗਾਰ ਮਿਲੇ, ਅਤੇ ਇਹ ਜਿਹੜਾ ਸਰਕਾਰੀ ਅਮਲਾ ਤੁਸੀਂ ਨਾਲ ਲਈ ਬੈਠੇ ਹੋ, ਅਤੇ ਆਪਣੇ ਵਰਕਰ ਰੱਖ ਲਓ, ਇੰਨੇ ਨੇ ਤੁਹਾਡੇ ਨਾਲ, ਬੜਾ ਬੜਾ ਕੁਛ ਹੈ, ਉਹੀ ਗੱਲ ਹੈ ਕਿੰਨਾ। ਦੇਖੋ ਜੇ ਪੰਜਾਬ ਦਾ ਵਿੱਤ ਮੰਤਰੀ ਬਿਨਾਂ ਸਿਕਿਉਰਿਟੀ ਤੋਂ ਰਹਿ ਸਕਦਾ ਹੈ, ਹਾਂਜੀ ਬਿਲਕੁਲ, ਤਾਂ ਸਾਬਕਾ MLA ਕਿਉਂ ਨਹੀਂ ਰਹਿ ਸਕਦਾ, ਸਾਬਕਾ ਮੰਤਰੀ ਕਿਉਂ ਨਹੀਂ ਰਹਿ ਸਕਦਾ, ਮੈਂ ਕਹਿੰਦਾ ਦੂਜੇ ਮੰਤਰੀ ਕਿਉਂ ਨਹੀਂ ਰਹਿ ਸਕਦੇ? ਬੁੱਟਰ ਸਾਹਿਬ, ਇਕੱਲੀਆਂ ਕਾਰਾਂ ਦੀ ਗੱਲ ਨਾ ਆਪਾਂ ਕਰੀਏ, ਵੀ ਕਾਰਾਂ ਇੰਨੀਆਂ ਨੇ ਸਰ, ਤੁਸੀਂ ਇਹ ਦੇਖੋ ਕਾਰਾਂ 'ਤੇ ਖਰਚਾ ਕਿੰਨਾ ਹੁੰਦਾ, ਕਿੰਨੇ ਬੰਦੇ ਨੇ ਉਹਨਾਂ ਦੀਆਂ ਤਨਖਾਹਾਂ ਨੇ, ਉਹਨਾਂ ਦੇ TADA ਨੇ, ਕਿੰਨੇ ਡਰਾਈਵਰ ਹੈ, ਇਹ ਬਹੁਤ ਭਾਰਾ ਖਰਚਾ ਜਿਹੜਾ ਉਹ ਪੈਂਦਾ। ਕੁਛ ਸੁਖਵਿੰਦਰ ਹੋਣੀ ਕਹਿਣਾ ਚਾਹ ਰਹੇ ਸੀ? ਮੈਂ ਇੱਕ ਖਬਰ ਪੜ੍ਹ ਰਿਹਾ ਸੀ ਆਪਣੇ ਸ਼ਹਿਰ 'ਚ, ਇੱਕ 18 ਸਾਲ ਤੋਂ ਲਟਕਿਆ ਹੋਇਆ ਸੀ ਮਾਮਲਾ ਰਿੰਗ ਰੋਡ ਦਾ, ਜਿਹਦਾ ਕੱਲ੍ਹ ਉਦਘਾਟਨ ਹੋ ਰਿਹਾ, ਸਾਰਾ ਕੱਲ੍ਹ ਸ਼ੁਰੂਆਤ ਹੋ ਗਈ, ਮੈਂ ਕੰਮ ਚੱਲ ਹੀ ਪਿਆ, ਕੱਲ੍ਹ ਤੋਂ ਰਸਮੀ ਹੋ ਜੂਗਾ, ਅਤੇ ਇਹਦੇ ਨਾਲ ਸ਼ਹਿਰ ਨੂੰ ਬਹੁਤ ਵੱਡੀ ਇੱਕ ਮਤਲਬ ਸਹੂਲਤ ਮਿਲ ਜੂਗੀ, ਅਤੇ ਹਾਂ ਟ੍ਰੈਫਿਕ 'ਤੇ ਬਹੁਤ ਸਮੱਸਿਆ ਹੱਲ ਹੋਊਗੀ। ਹਾਂ, ਅਤੇ ਇਹ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਆਪ ਦੇ ਨਿੱਜੀ ਇੰਟਰਸਟ ਨਾਲ ਇਹ ਮਸਲੇ ਨੂੰ ਹੱਲ ਕਰਾਇਆ, ਜਿਹੜਾ ਕਿ ਸੁਪਰੀਮ ਕੋਰਟ 'ਚ ਗਿਆ ਹੋਇਆ ਸੀਗਾ ਜੀ। ਸ਼ਵਿੰਦਰ ਜੀ, 2:30 ਵਜੇ ਜੀ ਜੀ, ਇਹ ਮੈਂ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਇਹ ਪੰਜਾਬ ਮੇਰੇ ਖਿਆਲ ਬਠਿੰਡੇ ਵਾਸਤੇ ਬਹੁਤ ਵੱਡਾ ਗਿਫਟ ਹੈਗਾ, ਅਤੇ ਬਣਦਾ ਵੀ ਹੈ, ਜੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਐਡਾ ਵੱਡਾ ਗਿਫਟ ਲਿਆ ਕੇ ਦਿੱਤਾ, ਕੱਲ੍ਹ ਨੂੰ 2:30 ਵਜੇ ਇਹਦਾ ਉਦਘਾਟਨ ਹੈਗਾ, ਅਤੇ ਸਾਰੇ ਲੋਕਾਂ ਨੂੰ ਉੱਥੇ ਆਪਾਂ ਨੂੰ ਪਹੁੰਚਣਾ ਚਾਹੀਦਾ ਹੈਗਾ। ਮੈਂ ਇੱਕ ਮਿੰਟ ਸ਼ਵਿੰਦਰ ਜੀ, ਮੈਂ ਤੁਹਾਨੂੰ ਇਹਨਾਂ ਬਾਰੇ ਦੱਸ ਰਿਹਾ ਹੈਗਾ, ਇਹ ਤਾਂ ਹਰਸਿਮਰਤ ਕੌਰ ਬਾਦਲ ਨੂੰ ਹੀ ਕਰ ਦੇਣਾ ਚਾਹੀਦਾ ਸੀਗਾ, ਉਹਦੇ ਹੱਥ 'ਚ ਸੀ ਸਾਰਾ ਕੁਛ, ਉਹ ਜਾਣ ਕੇ ਟਾਲ ਗਈ, ਅਤੇ ਜੋ ਅੱਜ ਇਸ ਸਰਕਾਰ ਨੇ ਕੀਤਾ ਇਹਦੀ ਅਸੀਂ ਸਾਰੇ ਇੱਥੋਂ ਦੇ ਵਧਾਈ ਦਿੰਦੇ ਹਾਂ, ਤਾਂ ਕਿ ਰਿੰਗ ਰੋਡ ਨਾਲ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀ ਉਹ ਬਾਹਲਾ ਨਹੀਂ ਤਾਂ 50% ਹਲੂ ਸ਼ਵਿੰਦਰ ਜੀ, ਕੋਈ ਦੋ ਰਾਵਾਂ ਨਹੀਂ ਇਹਦੇ ਵਿੱਚ, ਇਸ ਕੋਈ ਸ਼ੱਕ ਨਹੀਂ, ਬਿਲਕੁਲ ਇਹ ਜਿਹੜਾ ਆ ਇਹ ਮੰਨ ਕੇ ਚੱਲੀਏ, ਜਿਵੇਂ ਵੀ ਇਹਨਾਂ ਸਾਰੇ ਭਰਾਵਾਂ ਨੇ ਦੱਸਿਆ, ਤਾਂ ਇਹ ਸਾਨੂੰ ਮੈਨੂੰ ਇਹ ਲੱਗਦਾ ਵੀ ਸਾਡੇ ਬਠਿੰਡਾ ਵਾਸੀਆਂ ਲਈ, ਆਮ ਲੋਕਾਂ ਲਈ ਵੀ ਇਹ ਦਿਵਾਲੀ ਦਾ ਗਿਫਟ ਮੰਨ ਕੇ ਅਸੀਂ ਜਿਹੜਾ ਆ ਇਹਨੂੰ ਲੈ ਲਈਏ, ਤਾਂ ਚੰਗੀ ਗੱਲ ਹੈ, ਸੱਥ ਹੈ ਸਾਡੀ, ਇਹ ਰੋਜ਼ ਅਸੀਂ ਦਾਦੀ ਪੋਤੀ ਪਾਰਕ ਦੇ ਵਿੱਚ ਇੱਥੇ ਭਰਾ ਸਾਰੇ ਇਕੱਠੇ ਹੁੰਦੇ ਹਾਂ, ਅਤੇ ਗੱਲਬਾਤ ਚੱਲਦੀ ਹੈ ਇਹਨਾਂ ਖਬਰਾਂ ਦੀਆਂ ਜਿਹੜੀਆਂ, ਉਹਦੇ 'ਤੇ ਆਪਣੇ ਆਪਣੇ ਹਿਸਾਬ ਨਾਲ ਅਸੀਂ ਚਰਚਾ ਕਰਦੇ ਹਾਂ।
ਤੇ ਅੱਜ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਛਾ ਤੁਸੀਂ ਆਏ ਸੀ ਪਿੱਛੋਂ, ਮੈਂ ਕਿਹਾ ਪਤਾ ਨਹੀਂ ਕੌਣ ਵਿਰੋਧ ਕਰਦੇ ਕਿਹਨਾਂ ਹੱਕ ਚ ਬੋਲਦੇ ਆਏ ਆ ਝੋਲਾ ਪਾ ਦੋ ਜੇ